ਮੈਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 12ਵਾਂ ਬੀਜ ਗਣਿਤਕ ਵਿਅੰਜਕ ਅਭਿਆਸ ਨੰਬਰ 12.3 ਤੇ ਇਸ ਦੇ ਅਗਲੇ ਤਿੰਨ ਸਵਾਲ ਚੌਥਾ ਪੰਜਵਾਂ ਛੇਵਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਚੌਥਾ ਸਵਾਲ ਇਹ ਬੱਚੋ ਕਹਿੰਦੇ ਜੇਕਰ b 2 ਪਰੰਤੇ 2a b² 10 ਹੋਵੇ ਤਾਂ a ਦਾ ਮੁੱਲ ਪਤਾ ਕਰੋ ਸੋ ਵਿੱਚ ਬੜਾ ਹੀ ਸੌਖਾ ਸਵਾਲ ਹੈ ਵੈਸੇ ਦੇਖਣ ਨੂੰ ਲੱਗਦਾ ਕਿ ਬੜਾ ਅਜੀਬ ਜਿਹਾ ਹੈ ਔਖਾ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਦੇਖੋ ਨੇ ਕਿ ਕਿੱਦਾਂ ਕਰਦੇ ਇੰਨਾ ਜਿਹਾ ਬਸ ਇੰਨਾ ਕੀ ਸਵਾਲ ਹੈਗਾ ਤੇ ਪੂਰੇ ਬੜਾ ਪੂਰੇ ਨੰਬਰ ਤੁਹਾਡੇ ਆ ਜਾਣੇ ਕਹਿੰਦੇ ਦਿੱਤਾ ਹੈ 2a b² 10 ਅਤੇ b 2 ਇਹੋ ਚੀਜ਼ਾਂ ਦਿੱਤੀਆਂ ਨੇ ਸਮੇਂ ਦੋ ਚੀਜ਼ਾਂ ਦਿੱਤੀਆਂ ਨੇ ਤੇ ਕਹਿੰਦੇ b ਨੂੰ ਅਸੀਂ ਦੋ ਭਰਾਂਗੇ ਦਿੱਤੇ ਵਿੰਜਕ ਵਿੱਚ b ਦਾ ਮੁੱਲ ਭਰਨ ਤੇ 2a ਜਮਾ b ਦਾ ਮੁੱਲ ਕਿੰਨਾ 2 ਸੋ 2 ਦੀ ਭਰ ਦਿੱਤਾ ਸੋ b ਦਾ ਵਰਗ ਬਣ ਜਾਏਗਾ 2 ਦਾ ਵਰਗ ਬਰਾਬਰ 10 ਫਿਰ ਲਿਖਿਆ 2a ਤੇ 2 ਦਾ ਵਰਗ ਹੁੰਦਾ 4 ਜਮਾ 4 ਬਰਾਬਰ 10 ਲਿਖ ਦਿੱਤਾ ਹੁਣ ਮੈਂ 4 ਨੂੰ ਸੱਜੇ ਪਾਸੇ ਲੈ ਗਿਆ ਤੇ ਘਟਾ 4 ਹੋ ਗਿਆ ਸੋ 2a ਬਰਾਬਰ ਹੋ ਗਿਆ 10 4 ਤੇ 10 ਚੋਂ 4 ਜਾਏ ਜਾਵੇ ਤੇ ਕਿੰਨਾ ਹੁੰਦਾ ਬੱਚਿਓ 6 ਸੋ 2a ਮਤਲਬ 6 ਹੁਣ ਮੈਨੂੰ a ਦਾ ਮੁੱਲ ਚਾਹੀਦਾ ਹੈ ਤੇ ਦੋ ਨੂੰ ਇੱਥੇ ਲਾਵਾਂਗਾ ਜਿੱਲੇ ਦੋ ਗੁਣਾ ਹੋ ਰਿਹਾ ਹੋਵੇ ਤੇ ਖੱਬੇ ਤੋਂ ਸੱਜੇ ਜਾਏਗਾ ਤੇ ਉਹ ਭਾਗ ਕਰ ਦੇਗਾ ਸੋ a ਬਰਾਬਰ ਹੋ ਜਾਏਗਾ 6/2 ਸੋ 2 1 2 2 3 6 ਇਸ ਤਰ੍ਹਾਂ a 3 ਕਿੰਨਾ ਸੌਖਾ ਸਵਾਲ ਸੀ ਬੱਚਿਓ ਹਨਾ ਸੋ ਇਸ ਤਰ੍ਹਾਂ ਤੁਸੀਂ ਇੱਕ ਵਾਰ ਆਪਣੇ ਆਪ ਕਰ ਲਿਓ ਤੇ ਤੁਹਾਨੂੰ ਇਹ ਕਿੱਦਾਂ ਕਰਨਾ ਹੈ ਆਪ ਹੀ ਸਪਸ਼ਟ ਹੋ ਜਾਏਗਾ ਔਰ ਅਗਲੇ ਸਵਾਲ ਦੇਖੀਏ ਦੋ ਸੋ ਕਹਿੰਦੇ x ਮੁੱਲ ਪਤਾ ਕਰੋ ਜੇਕਰ y 1 ਹੋਣ ਤੇ -3x 7y2 1 ਹੈ ਜਿੱਦਾਂ ਚੌਥਾ ਸਵਾਲ ਕੀਤਾ ਉਸੇ ਕਿਸਮ ਦਾ ਸਵਾਲ ਹੈ ਸੋ ਦਿੱਤਾ ਹੈ ਰਿਣਾਤਮਕ 3x 7y2 1 ਅਤੇ y 1 ਸੋ ਦਿੱਤੇ ਵਿਅੰਜਕ ਵਿੱਚ y ਦਾ ਮੁੱਲ ਪਰਣਤੇ ਸੋ y ਦਾ ਮੁੱਲ ਪੜਾਂਗੇ ਰਿਣਾਤਮਕ 3x 7 y2 ਬਣ ਜਾਏਗਾ 1 ਵਰਗ 1 ਹੁਣ 1 ਦਾ ਵਰਗ ਇੱਕ ਹੁੰਦਾ ਤਾਂ 7 1 7 ਸੋ ਬਣ ਗਿਆ ਰਿਣਾਤਮਕ 3x 7 1 ਹਰੋਸ਼ੀ ਬੱਚੋ ਕੀ ਕਰਾਂਗੇ ਰਣਾਤਮਕ 3x ਇੱਥੇ ਰੱਖਾਂਗੇ 7 ਖੱਬੇ ਪਾਸੇ ਚਲਾ ਜਾਏਗਾ ਤੇ ਰਣਾਤਮਕ 7 ਹੋ ਜਾਏਗਾ ਘਟਾ 7 ਹੋ ਜਾਏਗਾ ਸੋ ਰਣਾਤਮਕ 3x ਬਰਾਬਰ ਕੀ ਹੋ ਜਾਏਗਾ ਬੱਚਿਓ 107 ਦੇ ਰਣਾਤਮਕ 6 ਹੁਣ ਬੱਚਿਓ ਘਟਾ ਦਾ ਨਿਸ਼ਾਨ ਦੋਨੋਂ ਪਾਸੇ ਜੇ ਹੋਵੇ ਤੇ ਕੱਟ ਜਾਂਦਾ ਐ ਗਿਆ ਕੱਟ ਠੀਕ ਹੈ ਘਟਾ ਦਾ ਨਿਸ਼ਾਨ ਕੱਟ ਗਿਆ ਤੇ ਬਚ ਗਿਆ ਇਕੱਲਾ 3x ਬਰਾਬਰ 6 ਤੇ x ਕੀ ਹੋ ਜਾਏਗਾ ਬੱਚਿਓ 6 ਬਰਾਬਰ 3 ਐ 6/3 ਇਹ 3 ਥੱਲੇ ਆ ਜਾਏਗਾ 6 ਵਟਾ 3 ਤੇ 3 1 3 3 2 6 ਇਸ ਤਰ੍ਹਾਂ x 2 ਸੋ ਬੱਚਾ ਦੋਨੇ ਹੀ ਸਵਾਲ ਚੌਥਾ ਤੇ ਪੰਜਵਾਂ ਬੜੇ ਮਜ਼ੇਦਾਰ ਸੀਗੇ ਸੋ ਇਸ ਤਰ੍ਹਾਂ ਤੁਸੀਂ ਇੱਕ ਇੱਕ ਵਾਰ ਕਰਕੇ ਅਭਿਆਸ ਕਰ ਲੋਗੇ ਤੇ ਇਹ ਤੁਹਾਨੂੰ ਕਰਨਾ ਬੜਾ ਸੌਖਾ ਜਾਪੇਗਾ ਠੀਕ ਹੈ ਆਓ ਦੇਖੀਏ ਅਗੇ 6ਵਾਂ ਸਵਾਲ ਦੋ ਭਾਗ ਨੇ ਬੜਾ ਹੀ ਮਜ਼ੇਦਾਰ ਸਵਾਲ ਹੈ ਬੱਚਾ ਬੱਚਿਓ ਐ ਜਿਹਦਾ ਬੁਝਾਰਤਾਂ ਟਾਈਪ ਹੁੰਦੀਆਂ ਪਜ਼ਲ ਟਾਈਪ ਹੁੰਦਾ ਉਹਦਰਾ ਸਵਾਲ ਹੈ ਕਹਿੰਦੇ ਸਮਾਨ ਲੰਬਾਈ ਦੇ ਰੇਖਾਖੰਡਾਂ ਤੋਂ ਬਣਾਏ ਗੇ ਅੱਖਰਾਂ ਦੇ ਨਮੂਨਿਆਂ ਨੂੰ ਦੇਖੋ ਮਤਲਬ ਕਿ ਇਹ ਵੀ ਇੰਨਾ ਹੀ ਲੰਬਾ ਹੈ ਇਹ ਵੀ ਇੰਨਾ ਹੀ ਲੰਬਾ ਹੈ ਇਹ ਵੀ ਇੰਨਾ ਲੰਬਾ ਹੈ ਰੇਖਾਖੰਡ ਨੇ ਇਹਨਾਂ ਬਣਿਆ ਪਹਿਲੇ ਭਾਗ ਵਿੱਚ ਤੇ ਦੂਜੇ ਭਾਗ ਵਿੱਚ ਬਚੋ ਏ ਬਣਿਆ ਏ ਇਹ ਦੇਖੋ ਇੱਕ ਐ ਟੋਟਾ ਇੱਕ ਐ ਰੇਖਾਖੰਡ ਇੱਕ ਐ ਇੱਕ ਐ ਇਹਦੇ ਵਿੱਚ ਕਿੰਨੇ ਰੇਖਾਖੰਡ ਦੇਖੋ ਇਹਨੂੰ ਵਿੱਚ ਇੱਕ ਦੋ ਤੇ ਤਿੰਨ ਇਹ ਧਿਆਨ ਰੱਖਣਾ ਇੱਕ ਅੱਖਰ ਬਣਾਉਣ ਨੂੰ ਤਿੰਨ ਲੱਗੇ ਤੇ ਇੱਥੇ ਕਿੰਨੇ ਲੱਗੇ ਇੱਕ ਫਿਰ ਦੋ ਫਿਰ 3 ਫਿਰ 4 ਫਿਰ 5 ਫਿਰ 6 ਤੇ ਫਿਰ 7 ਤੇ ਫਿਰ 8 A ਬਣਾਉਣ ਨੂੰ ਇੱਕ A ਬਣਾਉਣ ਨੂੰ ਲੱਗੇ 8 ਤੇ ਇੱਕ A ਨੂੰ ਬਣਾਉਣ ਨੂੰ ਲੱਗੇ 3 ਠੀਕ ਹੈ ਤੇ ਫਿਰ ਦੋ A ਬਣਾਉਣ ਨੂੰ ਕਿੰਨੇ ਲੱਗੇ ਐ ਦੇਖੋ ਇਹ ਹੋ ਗਏ 3 ਦੋ A ਬਣਾਉਣ ਨੂੰ ਕਿੰਨੇ ਲੱਗੇ 3 4 ਤੇ 5 ਤੇ ਇੱਥੇ ਕਿੰਨੇ ਲੱਗੇ 8 ਤੱਕ ਇਹ ਦੋ A ਨੂੰ ਬਣਾਉਣ ਨੂੰ ਕਿੰਨੇ ਲੱਗੇ 8 ਤੇ ਇਹ ਵਾਲਾ ਕਿ 9 10 11 12 13 14 ਠੀਕ ਹੈ ਸੋ ਇਸ ਤਰ੍ਹਾਂ ਅਸੀਂ ਬੱਚੋ ਇਹ ਦੇਖਾਂਗੇ ਬੜਾ ਹੀ ਮਜ਼ੇਦਾਰ ਸਵਾਲ ਇਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਮਝਾਵਾਂਗਾ ਜੇਕਰ ਬਣਾਏ ਗਏ ਅੱਖਰਾਂ ਦੀ ਸੰਖਿਆ n ਲਈ ਜਾਵੇ ਜਿਦਾ 1 2 3 4 ਇਹਦਾ ਵਧੀ ਜਾਉ ਵਧੀ ਜਾਉ ਵਧੀ ਜਾਉ ਤੇ ਦਲ ਸਾਨੂੰ ਗਿਣਤੀ ਕਰਨੀ ਬੜੀ ਔਖੀ ਹੋ ਜਾਏਗੀ ਤੇ ਕਹਿੰਦੇ ਇਹਦਾ ਇੱਕ ਸੂਤਰ ਬਣ ਜਾਏਗਾ ਇੱਕ ਫਾਰਮੂਲਾ ਬਣ ਜਾਏਗਾ ਜੇ n ਹੋਵੇ n ਲਈ ਜਾਵੇ ਤਾਂ ਉਸਦੇ ਲਈ ਜ਼ਰੂਰੀ ਰੇਖਾ ਖੰਡਾਂ ਦੀ ਜ਼ਰੂਰਤ ਨੂੰ ਦਰਸਾਉਂਦਾ ਹੋਇਆ ਗੀਜ ਗਣਿਤਿਕ ਵਿਅੰਜਕ ਹਰੇਕ ਪਾਗ ਲਈ ਲਿਖੋ ਵਾਹਿਗੁਰੂ ਬੱਚਿਓ ਇਹ ਦੋਨੋਂ ਸਵਾਲਾਂ ਦੇ ਅਸੀਂ ਇੱਕ ਫਾਰਮੂਲਾ ਬਣਾਣਾ ਹੈ ਸੂਤਰ ਬਣਾਣਾ ਇੱਕ ਗਣਿਤਿਕ ਵੇਂਜਕ ਬਣਾਣਾ ਹੈ ਤੇ ਉਹਦੇ ਨਾਲ ਕੀ ਹੋਏਗਾ ਅਸੀਂ ਇਹਨਾਂ ਦਾ ਮੁੱਲ ਭਰਾਂਗੇ 100 ਭਰ ਦੋ n ਦਾ ਮੁੱਲ 83 ਭਰ ਦੋ 2000 ਭਰ ਦੋ ਤੇ ਸਾਨੂੰ ਰੇਖਾ ਖੰਡਾਂ ਦੀ ਗਿਣਤੀ ਸਹਿਜ ਹੀ ਪਤਾ ਲੱਗ ਜਾਏਗੀ ਸਾਨੂੰ ਇੱਦਾਂ ਚਿੱਤਰ ਬਣਾਉਣ ਦੀ ਲੋੜ ਨਹੀਂ ਪਈ ਆਓ ਦੇਖਿਓ ਕਿੱਦਾਂ ਕਰੀਦੇ ਨੇ ਇਦਾਂ ਇਸ ਸਵਾਲ ਇਹਦਾ ਤਰੀਕਾ ਬੱਚਿਓ ਆਉਂਦਾ ਹੈ ਸਭ ਤੋਂ ਪਹਿਲੇ 1 ਲਵੋ ਸੋ ਇੱਕ n ਲੈ ਲਿਆ ਤੇ ਅੱਖਰਾਂ ਦੀ ਗਿਣਤੀ ਕਿੰਨੀ ਹੈ ਇੱਕ ਉਹਨੂੰ ਮੈਂ ਲਾ ਇੱਕ ਰੰਗ ਲਾਲ ਰੰਗ ਦਿੱਤਾ ਤੇ ਰੇਖਾ ਖੰਡਿਆਂ ਦੀ ਗਿਣਤੀ ਕਿੰਨੀ ਹੈ ਬੱਚੋ 1 2 3 ਹੁਣ 3 ਇੱਥੇ ਲਿਖ ਲਿਆ ਇੱਥੇ ਰੁਕ ਲਿਆ ਅੱਗੇ ਆ ਲੈਣਾ ਵਦੋ ਮੈਂ ਤੁਹਾਨੂੰ ਇਦਾਂ ਦੱਸਦਾ ਕਿ ਕਿਦਾਂ ਇਹ ਕਿਦਾਂ ਕੀਤਾ ਐਜਿ ਲਿਖਿਆ ਨਾ 3 ਬਰਾਬਰ 2 ਜਮਾ 1 ਤੇ 2 ਗੁਣਾ 1 ਜਮਾ 1 ਐਵੇਂ ਕਿਦਾਂ ਕੀਤਾ ਹੁਣ ਬੱਚੋ ਅੱਖਰਾਂ ਦੀ ਗਿਣਤੀ ਕਿੰਨੀ ਹੋ ਗਈ 2 ਦੋ ਅੱਖਰਾਂ ਤੋਂ ਹੀ ਤੁਹਾਨੂੰ ਸੂਤਰ ਦਾ ਪਤਾ ਲੱਗ ਜਾਏਗਾ ਕਿਦਾਂ ਇਹ ਦੇਖੋ 1 2 3 ਇੱਕ ਅੱਖਰ ਕਿੰਨੇ ਸੀਗੇ ਤਿੰਨ ਰੇਖਾਖੰਡ ਤੇ ਦੋ ਜਿਹੇ ਅੱਖਰ ਦੋ ਅੱਖਰ ਬਣਾਏ ਤੇ ਕਿੰਨੇ ਬਣੇ ਕਿੰਨੇ ਵਾਧੂ ਤੇ ਕਿੰਨੇ ਬਣੇ ਇੱਕ ਤੇ ਦੋ ਦੋ ਰੇਖਾਖੰਡ ਵਾਧੂ ਲੱਗੇ ਸੋ ਬੱਚਿਓ ਜਿੰਨੇ ਰੇਖਾਖੰਡ ਵਾਧੂ ਲੱਗਣ ਦੂਜੇ ਅੱਖਰ ਦੇ ਵਿੱਚ ਦੋ ਅੱਖਰ ਬਣਾਉਣ ਲਈ ਤੇ ਉਹ ਪਹਿਲੇ ਲਿਖ ਕੇ ਤੇ ਜਿੰਨਾ ਬਚਦਾ ਉਹ ਲਿਖ ਲੋ ਦੋ ਜਮਾ ਹੁਣ ਤਿੰਨ ਚੋਂ ਦੋ ਗਿਆ ਇਕਨ ਲਿਆ ਸੋ ਦੋ ਜਮਾ ਇੱਕ ਤੇ ਜਿਹੜੇ ਮੈਂ ਲਿਖੇ ਸੀਗੇ ਐੜੇ ਵਾਧੂ ਤੇ ਲੱਗਦੇ ਨੇ ਐਵਲੇ ਦੋ ਇਹਨੂੰ ਕਰ ਲੈਣਾ 2 1 1 ਅਰਥਾਤ ਇੱਕ ਅੱਖਰ ਲਈ ਹੈ ਇੱਕ ਐਵਲਾ ਸੋ 2 1 2 1 3 ਇੱਕ ਅੱਖਰ ਬਣਾਉਣ ਲਈ ਤਿੰਨ ਰੇਖਾਖੰਡਾਂ ਦੀ ਲੋੜ ਹੈ ਤੇ ਬੱਚਿਓ ਇਹ ਇੱਥੇ ਕਿੰਨੇ ਬਣ ਗਏ ਅੱਖਰਾਂ ਦੀ ਗਿਣਤੀ ਕਿੰਨੀ ਹੋ ਗਈ 2 ਤੇ ਰੇਖਾਖੰਡ ਕਿੰਨੇ ਟੋਟਲ 1 2 3 4 5 ਤੇ 5 ਨੂੰ ਆ ਕਿੱਦਾਂ ਕਰਕੇ ਲਿਖਾਂਗਾ ਇੱਥੇ ਜੋ ਇੱਥੇ ਇੱਕ ਸੀਗਾ ਨਾ ਇੱਕ ਘਟਾਇਆ ਸੀਗਾ ਇੱਥੋਂ ਵੀ ਇੱਕ ਘਟਾ ਲੈਣਾ ਤੇ ਕੀ ਬਣ ਜਾਏਗਾ 5 1 4 ਸੋ 4 1 ਤੇ 4 ਨੂੰ ਮੈਂ ਲਿਖ ਸਕਦਾ 2 2 1 ਹੁਣ ਦੇਖੋ ਤਰਤੀਬ ਬਣ ਗਈ ਨਾ ਇੱਕ ਅੱਖਰ ਇੱਕ ਤੇ ਦੋ ਅੱਖਰਾਂ ਲਈ ਦੋ ਆਓ ਅੱਗੇ ਚਲੀਏ ਹੁਣ ਜੇਨੇ ਤਿੰਨ ਅੱਖਰ ਨੇ ਬਚਿਓ ਤੇ ਰੇਖਾ ਗਣ ਕਿੰਨੇ ਬਣ ਗਏ 1 2 3 4 5 6 7 ਤੇ 7 ਨੂੰ ਮੈਂ ਕੀ ਕਰਨਾ 6 1 ਕਰਕੇ ਲਿਖ ਲੈਣਾ ਮਤਲਬ ਕਿ 1 ਘਟਾ ਲੈਣਾ ਤੇ 6 ਬਚਦਾ ਤਾਂ 6 1 ਤੇ 6 ਨੂੰ ਮੈਂ 2 3 ਲਿਖ ਸਕਦਾ ਤੇ ਤਿੰਨ ਬਚਿਓ ਇਹੀ ਵਾਲਾ ਤਿੰਨ ਵਾਲਾ 2 3 1 ਠੀਕ ਹੈ ਹੁਣ ਆਗੇ ਬੱਚਿਓ 4 ਜੇ n ਹੋਣ ਤੇ ਕਿੰਨੇ ਰੇਖਾਖੰਡ ਬਣਦੇ 1 2 3 4 5 6 7 8 9 ਤੇ 9 ਨੂੰ ਮੈਂ ਕੀ ਕਰਾਂਗਾ 8 ਜਮਾ 1 ਕਰਕੇ ਲਿਖ ਲਵਾਂਗਾ ਤੇ 8 ਨੂੰ ਮੈਂ ਲਿਖ ਸਕਦਾ 2 4 ਇਹ ਦੇਖੋ ਇਹ ਵੀ 4 ਆ ਗਿਆ ਤੇ ਇਹ ਵੀ 4 ਆ ਗਿਆ ਤੇ ਬੱਚਿਓ ਕੀ ਹੈ ਇਧਰੋਂ ਕੀ ਸਿੱਧ ਹੋਇਆ ਕਿ ਸੋ n ਸੰਖਿਆ ਦੇ ਅੱਖਰ ਬਣਾਉਣ ਲਈ ਲੋੜਿੰਦੇ ਰੇਖਾਖੰਡਾਂ ਨੂੰ ਦਰਸਾਉਂਦਾ ਬੀਜ ਗਣਿਤਕ ਵਿਅੰਜਕ ਹੋਵੇਗਾ 2n+1 ਹੁਣ ਬੱਚਿਓ ਮੈਨੂੰ ਜੇ ਕਹਿਣ ਕਿ ਤੁਸੀਂ 13n ਬਣਾਣੇ ਨੇ 13n ਤੇ 13n ਬਣਾਉਣ ਲਈ ਤੁਹਾਨੂੰ ਕਿੰਨੇ ਰੇਖਾਖੰਡਾਂ ਦੀ ਲੋੜ ਪਵੇਗੀ ਕਿ ਮੈਂ ਸਿੱਧਾ ਲਿਖਾਂਗਾ 2 13 n ਦੀ ਜਿਵੇਂ 13 ਬਣਾਗਾ 2 13 13 ਨੂੰ 26 26 1 27 ਤੇ ਮੈਨੂੰ 27 ਰੇਖਾਖੰਡਾਂ ਦੀ ਲੋੜ ਪਵੇਗੀ 13n ਬਣਾਉਣ ਲਈ ਇਸ ਤਰ੍ਹਾਂ ਬੱਚਿਓ ਕਰਨਾ ਹੈ ਸਵੇਰੇ ਤੁਹਾਨੂੰ ਦੱਸਿਆ ਸੀ ਕੀ ਤਰੀਕਾ ਕੀ ਪਹਿਲੇ ਇੱਕ ਅੱਖਰ ਲਿਖ ਲਓ ਤੇ ਦੇਖ ਲਓ ਜਿਹੜਾ ਦੂਜਾ ਬਣਦਾ ਨਾ ਉਹ 'ਚ ਕਿੰਨੇ ਲੱਗੇ ਨੇ 1 ਤੇ 2 ਉਹ ਉਹਨੂੰ ਉਹਨਾਂ 'ਚੋਂ ਘਟਾ ਲਵੋ ਪਹਿਲੇ ਵਾਲਿਆਂ 'ਚੋਂ ਤੇ ਫਿਰ ਉਹਦਾ ਰੂਪ ਦੇਵੋ ਹੁਣ ਜਲੇ ਸੀ ਅਗਲਾ ਕਰਾਂਗੇ ਨਾ ਉਹ ਥੋੜਾ ਇਤੋਂ ਜ਼ਿਆਦਾ ਟਿੱਡਾ ਹੈ ਉਧਰੋਂ ਦੀ ਵੀ ਪਤਾ ਲੱਗ ਜਾਏਗਾ ਕਿ ਕੀ ਤਰੀਕਾ ਹੈ ਇਹ ਦੇਖੋ ਹੁਣ ਹੈਗਾ ਬੱਚੋਂ ਅੱਖਰਾਂ ਦੀ ਗਿਣਤੀ ਹੈਗੀ ਏ 1 ਇੱਕ 'ਏ' ਬਣਿਆ ਤੇ ਰੇਖਾ ਖੰਡਾ ਦੀ ਗਿਣਤੀ ਕਿੰਨੀ 8 ਸੋ 1 2 3 4 5 6 7 8 ਠੀਕ ਹੈ ਹੁਣ ਇਹਨਾਂ ਵਾਲੇ ਛੱਡ ਦੋ ਮੈਨੂੰ ਪਤਾ ਨਹੀਂ ਮੈਂ 8 ਨੂੰ 7 ਜਮਾ 1 ਲਿਖਾਂ 6 ਜਮਾ 2 ਲਿਖਾਂ ਜਾਂ 5 ਜਮਾ 3 ਲਿਖਾਂ ਮੈਨੂੰ ਨਹੀਂ ਪਤਾ ਸੋ ਇਹ ਜਿਹੜੇ ਦੂਜਾ ਕਰਾਂਗੇ ਉਧਰੋਂ ਪਤਾ ਲੱਗ ਜਾਏਗਾ ਇੱਥੇ ਜੇ ਬਣ ਗਏ ਇਹ ਵਾਲੇ ਦੇਖੋ ਹੁਣ 2 a ਬਣਾਉਣ ਲਈ ਮੈਨੂੰ ਵਾਧੂ ਦੇ ਰੇਖਾ ਖੰਡ ਕਿੰਨੇ ਲੱਗੇ 1 2 3 4 5 6 ਇਹਦਾ ਮਤਲਬ ਹੈ 8 ਚੋਂ 6 ਘਟਾਉਣੇ ਨੇ ਇਹ 6 ਲਿਖ ਲਿਆ 806 ਕਿੰਨੇ ਦੋ ਹੁਣ ਦੋ ਲਿਖ ਲਿਆ ਹੁਣ ਮੈਂ 6 ਨੂੰ ਕੀ ਕਰਾਂਗਾ 6 ਗੁਣਾ 1 ਲਿਖ ਦਿਆਂਗਾ ਕਿਉਂਕਿ ਮੈਨੂੰ ਇੱਕ ਅੱਖਰ ਰਹਿਣਾ ਹੈ ਇੱਕ ਅੱਖਰ 6 ਗੁਣਾ 1 ਜਮਾ ਦੋ ਇਦਾਂ ਤਾਂ ਨਹੀਂ ਹੈ ਮਨ ਲਈ ਜੇ ਲੈ ਤੁਸੀਂ ਦੂਜਾ ਅੱਖਰ ਬਣਾਣਾ ਹੈ ਤੇ ਦੂਜੇ ਅੱਖਰ 'ਚ ਦੇਖੋ ਬੱਚਿਓ ਕਿ ਇਹ ਪੂਰੇ ਨੂੰ ਛੱਡ ਕੇ ਕਿੰਨੇ ਵਾਧੂ ਦੇ ਲੱਗੇ ਨੇ ਦੋ ਬਣਾਉਣ ਲਈ ਮਨ ਲਈ 1 2 3 4 5 6 ਸੋ ਬਸ ਉਹ 6 ਅੱਠ 'ਚੋਂ ਘਟਾ ਲੈਣੇ ਨੇ ਤੇ 6 ਨੂੰ ਫਿਰ 6 ਗੁਣਾ 1 ਲਿਖ ਲੈਣਾ ਹੁਣ ਦੇਖੋ ਅੱਖਰਾਂ ਦੀ ਗਿਣਤੀ ਦੋ ਹੋ ਗਈ ਇੱਥੇ 6 ਵਾਧੂ ਤੇ ਲੱਗੇ 108 ਜਮਾ 6 14 ਤੇ 14 ਨੂੰ ਮੈਂ ਕੀ ਕਰਨਾ ਹੈ ਬੱਚਿਓ 2 ਘਟਾਏ 14 ਚੋਂ 2 ਘਟਾਏ ਇੱਥੇ 2 ਘਟਾਏ ਸੀ ਨਾ ਤੇ 12 ਤੇ 12 ਕੀ ਬਣ ਜਾਏ 6 ਗੁਣਾ 2 ਜਮਾ 2 12 ਨੂੰ 6 ਗੁਣਾ 2 ਲਿਖ ਦਾਂਗੇ ਤੇ ਜਮਾ 2 6 ਦੁਨੀ 12 ਜਮਾ 2 14 ਉਹ ਹੀ ਗੱਲ ਹੋ ਗਈ ਇੱਥੇ ਵੀ 2 ਤੇ ਇੱਥੇ ਵੀ 2 ਅੱਗੇ ਦੇਖੀਏ ਹੁਣ ਜਿੰਨੇ ਬੱਚਿਓ ਅੱਖਰ ਬਣੇ 3 ਤੇ ਰੇਖਾ ਖੰਡਾਂ ਦੀ ਗਿਣਤੀ ਬਣ ਗਈ 20 ਤੁਸੀਂ ਗਣ ਕੇ ਦੇਖ ਲਓ ਕੀ ਬਣ ਗਏ ਤੇ 20 ਚੋਂ ਮੈਂ 2 ਘਟਾਏ ਤੇ 18 ਬਣ ਗਿਆ ਇਹ ਲਿਖਦਾ 18 ਜਮਾ 2 ਤੇ 18 ਨੂੰ ਲਿਖਾਂਗਾ 6 3 ਕਿਉਂਕਿ ਇੱਥੇ ਵੀ 3 ਐ ਇਹ ਤਿੰਨ ਅੱਖਰ ਲੈਣਾ ਤਿੰਨੇ ਇਹਨੇ ਤੇ 6 3 ਜਮਾ 2 ਤੇ ਫਿਰ ਅੱਖਰਾਂ ਦੀ ਗਿਣਤੀ ਹੈ ਕਿ 4 1 2 3 4 ਤੇ ਰੇਖਾਖੰਡ ਹੋ ਗਏ 26 ਤੇ 26 ਚੋਂ ਦੋ ਗਿਆ 24 ਸੋ 24 ਜਮਾ 2 ਤੇ 24 ਉਹਦੇ 6 ਚੋਕੇ 24 6 4 ਜਮਾ 2 ਇਹ ਵੀ 4 ਐ ਤੇ ਇਹ ਵੀ 4 ਐ ਸੋ 4 A ਬਣਾਉਣ ਦੇ ਲਈ ਮੈਨੂੰ ਕਿੰਨੇ ਰੇਖਾਖੰਡਾਂ ਦੀ ਲੋੜ ਐ 6 4 ਜਮਾ 2 6 4 24 ਜਮਾ 2 26 ਆਓਗੇ ਦੇਖੀਏ ਹੁਣ ਬੱਚਿਓ ਇਹਦਾ ਸੂਤਰ ਬਣ ਜਾਏ ਇਹ ਹੈਗੇ ਨੇ 5a ਤੇ 5a ਵਿੱਚ ਬੱਚਿਓ ਰੇਖਾ ਖੰਡਨਾਂ ਦੀ ਗਿਣਤੀ ਕਿ 32 32 ਚੋਂ 2 ਘਟਾਇਆ 30 ਸੋਵੇਂ ਲਿਖ ਦਿੱਤਾ 30 ਜਮਾ 2 ਠੀਕ ਹੈ 30 ਜਮਾ 2 ਲਿਖ ਦਿੱਤਾ ਤੇ ਇਹ ਬਰਾਬਰ ਹੋ ਗਿਆ ਤੁਹਾਡਾ ਬੱਚਿਓ a ਕੀ ਕਹਿੰਦੇ 6 5 ਇਹ 6 5 30 6 ਗੁਣਾ 5 ਜਮਾ 2 ਸੋ ਇਹ 6 ਤੇ ਆਣੇ 6 ਹਮੇਸ਼ਾ ਆਣਾ ਹੈ ਠੀਕ ਹੈ ਨਾ ਬੱਚਿਓ ਸੋ 2 ਘਟਦਾ ਸੀਗਾ ਤੇ 2 ਉਹ ਕਰਕੇ ਇਦਾਂ ਘਟਾ ਕੇ ਇਹ ਜਿਹੜਾ ਬਣੇਗਾ ਨਾ 30 24 18 ਇਹ ਤੁਹਾਡਾ 6 ਦਾ ਗੁਣਜ ਬਣੇਗਾ ਹਮੇਸ਼ਾ ਇਦਾਂ ਦੇ ਜਿਲੇ ਇਹ ਵਾਲਾ ਫਾਰਮੂਲਾ ਬਣ ਇਹ ਵਾਲਾ ਜਿਲੇ ਇਹ ਆਣਾਗੇ ਠੀਕ ਹੈ ਸੋ ਹੁਣ ਬੱਚਿਓ ਅਸੀਂ ਦੇਖਿਆ ਹੈ ਕਿ ਆ ਕਿ ਬਣ ਰਿਹਾ 6 1 2 6 2 2 6 3 2 6 4 2 6 5 2 ਸੋ ਇਹ ਪ੍ਰਾਕ੍ਰਿਤਿਕ ਸੰਖਿਆ ਬਣਦੀ ਵੀ n ਆ ਗਿਆ ਉਹਦਾ ਸੋ n ਸੰਖਿਆ ਦੇ ਅੱਖਰ ਬਣਾਉਣ ਲਈ ਲੋੜੀਂਦੇ ਰੇਖਾਖੰਡਾਂ ਨੂੰ ਦਰਸਾਉਂਦਾ ਬੀਜ ਗਣਿਤ ਵਿਨਜਕ ਹੋਏਗਾ 6n+2 ਬੱਚਾ ਦੋਨੋਂ ਹੀ ਸਵਾਲ ਜਿਹੜੇ ਸੀਗੇ ਨਾ 6ਵੇਂ ਭਾਗ ਦੇ ਮੈਂ 6ਵੇਂ ਸਵਾਲ ਦੇ ਪਹਿਲੇ ਦੋ ਭਾਗ ਜਿਹੜੇ ਪਹਿਲੇ ਦੋ ਭਾਗ ਸੀਗੇ ਇਹ ਕੈਨ ਵਾਲਾ ਤੇ ਇਹ ਕਿਹ ਹੈ ਇਹ ਵਾਲਾ ਹੋ ਸਕਦਾ ਹੈ ਕਿ ਬੱਚਿਆਂ ਨੂੰ ਇਹ ਪਹਿਲੀ ਵਾਰੀ ਨਾ ਸਮਝ ਆਵੇ ਸੋ ਤੁਸੀਂ ਵੀਡੀਓ ਨੂੰ ਡਾਊਨਲੋਡ ਕਰਨਾ ਹੈ ਤੇ ਇਹਨੂੰ ਦੋ ਤਿੰਨ ਵਾਰ ਦੇਖਣਾ ਹੈ ਬਾਰ-ਬਾਰ ਤੇ ਵੱਡੀ ਗੱਲ ਹੈ ਜਿੱਲੇ ਤੁਸੀਂ ਇਹਨਾਂ ਨੂੰ ਆਪ ਕਰੋਗੇ ਮੈਂ ਵੈਸੇ ਬੋਲ ਕੇ ਤੁਹਾਨੂੰ ਸਮਝਾ ਵੀ ਦਿੱਤਾ ਹੈ ਇਹ ਕਿੱਦਾਂ ਦੇਖਣਾ ਵੀ ਪਹਿਲੇ ਇੱਕ A ਦੇਖ ਲਓ ਤੇ ਫਿਰ ਦੂਜੇ A ਵਿੱਚ ਦੇਖੋ ਕਿੰਨੇ ਵਾਧੂ ਤੇ ਲੱਗੇ ਨੇ ਬਸ ਉਹਦੇ ਨਾਲ ਉਹਦੇ ਹਿਸਾਬ ਦੇ ਨਾਲ ਜਿਹੜਾ ਹੈ ਇਹ ਸੂਤਰ ਬਣਦਾ ਹੈ ਤੁਸੀਂ ਆਪਣੇ ਵੱਲੋਂ ਬੱਚਿਓ ਅਠਾ ਬਣਾ ਕੇ ਦੇਖ ਲਵੋ F ਬਣਾ ਕੇ ਦੇਖ ਲਵੋ ਜਾਂ ਕੋਈ ਹੋਰ ਇਦਾਂ ਦੇ ਲੈਟਰ ਬਣਾ ਕੇ ਹੋਰ ਅੱਖਰ ਬਣਾ ਕੇ ਦੇਖੋ ਤੇ ਤਜਰਬਾ ਕਰੋ ਤੇ ਸੂਤਰ ਬਣਾਓ ਤੇ ਤੁਹਾਡਾ ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਤੁਹਾਡਾ ਬੀਜ ਗਣਿਤਿਕ ਵਿਅੰਜਕ ਜਿਹੜਾ ਹੈ ਉਹ ਬਣ ਸਕਦਾ ਹੈ ਸੋ ਐਸੀ ਤਰ੍ਹਾਂ ਵਿਦਿਆਰਥੀਓ ਇਸ ਅਭਿਆਸ ਦੇ ਤਿੰਨ ਸਵਾਲ ਚੌਥਾ ਪੰਜਵਾਂ ਛੇਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ